ਦਾਣਾ ਮੰਡੀ ਦੇ ਵਿੱਚ ਅੱਜ ਇੱਥੇ ਬਲਾਕ ਮਲੇਕੋੜਾ ਦਾ ਟਰੈਕਟਰ ਮਾਰਚ ਹੈ ਬਲਾਕ ਮਲੇਕੋੜਾ ਦੇ ਸਾਰੇ ਅਹੁਦੇਦਾਰ ਖੜੇ ਨੇ ਅਸੀਂ ਇਹਨਾਂ ਤੋਂ ਅੱਜ ਦੇ ਟਰੈਕਟਰਾਂ ਦੀ ਗਿਣਤੀ ਅਤੇ ਟਰੈਕਟਰ ਮਾਰਚ ਦਾ ਰੂਟ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ ਅੱਜ ਤੁਸੀਂ ਟਰੈਕਟਰ ਮਾਰਚ ਕਰ ਰਹੇ ਹੋ ਹਾਂਜੀ ਅੱਜ ਅਸੀਂ ਟਰੈਕਟਰ ਮਾਰਚ ਹੈਂਡਲ ਕਰ ਰਹੇ ਹਾਂ ਜੀ ਤਕਰੀਬਨ ਕਿੰਨਾ ਕੁ ਟਰੈਕਟਰ ਹੈ ਜੀ ਇੱਥੇ 500 ਦੇ ਲਗਭਗ ਟਰੈਕਟਰ ਜੀ ਗਿਣਿਆ ਨਹੀਂ ਜਾਂਦਾ ਵੱਧ ਨੇ ਅਸੀਂ 500 ਦੇ ਗਿਣਤੀ ਆ ਗਈ ਉਸ ਪਿੰਡ ਵਗੈਰ ਦੱਸੇ ਆਏ ਨੇ ਜਿਹੜੇ ਨਹੀਂ ਗਿਣਤੀ ਚ ਤੇ ਅੱਛਾ ਜੀ ਇਹ ਕਿੱਥੋਂ ਦੇ ਅੱਜ ਚੱਲੋਗੇ ਰੂਟ ਕਿੱਧਰਲਾ ਹੋਊਗਾ ਤੁਹਾਡਾ ਇਹ ਅੱਜ ਹੀ ਅਸੀਂ ਪਿੰਡਾਂ ਦੇ ਵਿੱਚ ਰਿਹਰਸਲ ਕਰਾਉਣੀ ਆ ਗਈ ਸੱਬੀ ਵਾਲੀ ਤਿਆਰੀ ਕਰਾ ਰਹੇ ਹਾਂ ਜੀ ਅਸੀਂ ਇਹ ਅੱਜ ਜਿਹੜੇ ਟਰੈਕਟਰ ਇਕੱਠੇ ਕਰੇ ਨੇ ਇਹਨਾਂ ਨੂੰ ਟ੍ਰੇਨਿੰਗ ਕਰਾ ਰਹੇ ਹਾਂ ਜਿਹੜੇ ਸੱਬੀ ਦੀ ਰਿਹਰਸਲ ਦੇ ਵਿੱਚ ਪਹੁੰਚਣਾਗਾ ਉਹਦੀ ਤਿਆਰੀ ਕਰਾ ਰਹੇ ਹਾਂ ਸੱਬੀ ਮਾਰਚ ਦੀ ਪਰੇਡ ਲਈ ਮਲੇਕੋੜਾ ਤੋਂ ਟਰੈਕਟਰ ਮਾਰਚ ਦੀ ਤਿਆਰੀ ਕਰ ਰਹੇ ਨੇ ਇਹਨੇ ਮਾਰਚ ਨਹੀਂ ਰਿਹਰਸਲ ਕਰਾ ਰਹੇ ਮਲੇਕੋੜਾ ਦੇ ਬਲਾਕ ਦੇ ਖਜ਼ਾਨਚੀ ਸਰਦਾਰ ਕੁਲਵਿੰਦਰ ਸਿੰਘ ਭੂਦਨ ਸਾਡੇ ਨਾਲ ਨਿਰਮਲ ਸਿੰਘ ਜੀ ਅਲੀਪੁਰ ਅਤੇ ਨਾਹਰ ਸਿੰਘ ਜੀ ਹੱਥ ਨਾਜ਼ਰ ਨੇ ਹਾਂਜੀ ਨਿਰਮਲ ਸਿੰਘ ਜੀ ਤੁਸੀਂ ਦੱਸਿਓ ਕਿੰਨਾ ਕੁ ਵੱਡਾ ਹੈ ਤੁਹਾਡਾ ਕਾਫਲਾ ਅੱਜ ਅਤੇ ਕਿੱਧਰੋਂ ਕਿੱਧਰ ਦਾ ਰੂਟ ਹੋਊਗਾ ਜੀ ਕਾਫਲਾ ਤਾਂ ਜੀ ਇਹ ਸਾਡਾ ਟਾਰਗੇਟ ਦੀ ਜਿਹੜਾ 500 ਟਰੈਕਟਰ ਦਾ ਸੀ ਪਰ ਇਹ ਕਾਫਲਾ ਵੱਡਾ ਹੋ ਗਿਆ ਇਹ ਅਸੀਂ ਮਲੇਰਕੋਟਲੇ ਤੋਂ ਚੱਲ ਕੇ ਇੱਧਰ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਦੁਬਾਰੇ ਇੱਧਰ ਮਲੇਰਕੋਟਲੇ ਹੀ ਆ ਜਾਣਾ ਇਹ ਜਿਹੜਾ ਹੈਗਾ 25-30 ਕਿਲੋਮੀਟਰ ਦਾ ਸਾਡਾ ਸਫ਼ਰ ਹੈਗਾ ਜੀ ਪਿੰਡਾਂ ਦਾ ਨਾਰ ਸਿੰਘ ਜੀ ਤੁਸੀਂ ਅੱਜ ਦੀ ਟਰੈਕਟਰ ਪਰੇਡ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੀ ਜੋ ਸਾਡੀ ਟਰੈਕਟਰ ਪਰੇਡ ਹੈ ਇਹ ਹੁਣ ਜਿਹੜਾ 26 ਤਰੀਕ ਹੈ ਉਹਦੀ ਤਿਆਰੀ ਕਰ ਰਹੇ ਹਾਂ ਛੋਟੀ ਭੈਣੀ ਸੱਖਰ ਕਲਾਂ ਮਜਾਵੀ ਗੁਰਮਾ ਨਾਨਕ ਨਾਜਰਾ ਹਸੋਈ ਕੁਮਾਰੀ ਭੂਲਣ ਰੁੜਕਾ ਨਾ ਜਾਣੀ ਹਨੇਰੀ ਕਲਾਂ ਚਾਂਦਲੀ ਕੱਟ ਕਲੇਵਾ ਤੇ ਹਸਣਾ ਇਹ ਪਿੰਡਾਂ ਦੀ ਗਿਣਤੀ ਆ ਚੁੱਕੀ ਆ ਬਾਕੀ ਲਿਖਾ ਦਿਓ ਨਗਰ ਪੰਜ ਆ ਮਾਈਕਿੰਗ ਕੋਲ ਲਿਖਾ ਦਿਓ ਭਰਾਵਾ ਗਿਣਤੀ ਗੱਡੀ ਕੋਲ ਖੜਾ ਹੈ ਛੋਟੀ ਭੈਣੀ ਦਾ ਵੀਰ ਇੱਕ ਡਰਟ ਲਿਖਿਆ ਹੋਇਆ ਬੱਚਾ ਜੇ ਕੋਈ ਸਾਡਾ ਭਾਈ ਹੋਰ ਆਇਆ ਨਾ ਉਹ ਦਿਖਾ ਸਕਦਾ ਮਾਈਕਿੰਗ ਕੋਲ ਇਹ ਗੱਡੀ ਕੋਲ ਖੜਾ ਮਾਈਕਿੰਗ ਦਾ ਆਪਣੇ ਆ ਸਪੀਕਰ ਕਰੋ ਕਰਕੇ ਆ ਮੈਂ ਤਾਂ ਫਿਰ ਮੱਝ ਤਾਂ ਵਿਚਾਰੀ ਯਾਰ ਬਹੁਤ ਔਖਾ ਹੋ ਗਿਆ ਕੱਲ੍ਹ ਯੂਨੀਵਰਸਿਟੀ ਲੈ ਕੇ ਗਿਆ ਦੇਖੋ ਉੱਥੇ ਤੇਰੇ ਵਰਗੀਆਂ ਕੁੜੀਆਂ ਦੀ ਜਿਹੜੀਆਂ ਸ਼ਿਕਾਇਤ ਸਕੂਨ ਕਰੀ ਆ ਵਿਚਾਰੀ ਦੀ ਹੈਲੋ ਹੈਲੋ ਪੂਰੇ
ਅੰਦਰ फिर सारे जाने नहीं। ट्रैक्टर सारे नाल।